ਇਸ ਤੋਂ ਨਾ ਟਪੂਸੀਆਂ ਮਾਰਨੇ ਕੀ ਆਦਤ ਹੈ ਔਰ ਕੋਈ ਨਹੀਂ ਕਿ ਇਸ ਤੋਂ ਨਾ ਟਪੂਸੀਆਂ ਮਾਰਨੇ ਕੀ ਆਦਤ ਹੈ ਔਰ ਕੋਈ ਨਹੀਂ ਕਿ ਉਹ ਕਰਪਸ਼ਨ ਅਮੈਂਡਮੈਂਟ ਬਿੱਲ ਲੈ ਕੇ ਆਏ ਨੀਤ ਬਹੁਤ ਅੱਛੀ ਹੈ ਕੁਛ ਉਪਾਅ ਵੀ ਹੋ ਪਾਏਗੇ ਪਰ ਜੈਸੇ ਹਮਾਰੇ ਦੇਸ਼ ਕੇ ਲੋਕੋ ਕੇ ਜੀਨ ਮੇ ਚਲੀ ਗਈ ਇਹ ਜਾਂ ਤੋ ਸਵਾਮੀ ਰਾਮਦੇਵ ਜੀ ਤੇ ਕੋਈ ਨਾ ਕੋਈ ਦਸ਼ਾਂਦਾ ਤਿਆਰ ਕਰਨਾ ਹੋਗਾ ਕਿ ਜੀਨ ਠੀਕ ਹੋ ਪਾਏ ਅਦਰਵਾਈਜ਼ ਮੈਂ ਨਹੀਂ ਸਮਝਦਾ ਕਿ ਛੋਟੇ ਮੋਟੇ ਅਮੈਂਡਮੈਂਟ ਕਰਕੇ ਇਹ ਖਤਮ ਹੋ ਸਕਦੀ ਹੈ ਕਿਉਂਕਿ ਇਹ ਗੰਭੀਰ ਮੁੱਦਾ ਬਣ ਰਿਹਾ ਹੈ ਔਰ ਮੈਂ ਸਮਝਦਾ ਹਾਂ ਕਿ ਯਦਿ ਹਮ ਇਹ ਕਾਨੂੰਨ ਜੋ ਬਣਾਤੇ ਹੈ ਕਿਉਂ ਨਹੀਂ ਇਹ ਲਾਗੂ ਹੋਏ ਅਬ ਤੱਕ ਕਿਉਂਕਿ ਵਿਲ ਪਾਵਰ ਨਹੀਂ ਥੀ ਲੋਕੋ ਕੋ ਦੇਖਾ ਦੇਖੀ ਕਰਨੇ ਕੇ ਲੀਏ ਕਾਨੂੰਨ ਬਣਾਏ ਜਾਤੇ ਥੇ ਮਗਰ ਕਾਨੂੰਨ ਲਾਗੂ ਕਰਨੇ ਕੇ ਲੀਏ ਇੱਛਾ ਸ਼ਕਤੀ ਕੀ ਕਮੀ ਹੋਣੇ ਕੇ ਕਾਰਨ ਵੋ ਲਾਗੂ ਨਹੀਂ ਹੋਤੇ ਥੇ ਦੂਸਰਾ ਜੋ ਮਸ਼ੀਨਰੀ ਲਾਗੂ ਕਰਨੇ ਵਾਲੀ ਥੀ ਉਸ ਕੋ ਵੀ ਉਸੇ ਘੇਰੇ ਮੇ ਆ ਜਾਤੀ ਥੀ ਤੋ ਇਸ ਲੀਏ ਮੈਂ ਕਹਿਣਾ ਚਾਹਤਾ ਹੂੰ ਆਜ ਇਸ ਮਹੱਤਵਪੂਰਨ ਬਿੱਲ ਪੇ ਜਬ ਚਰਚਾ ਹੋ ਰਹੀ ਹੈ ਆਪਣੀ ਸਰਕਾਰ ਸੇ ਕਿ ਕੋਈ ਨਾ ਕੋਈ ਐਸੀ ਵਿਧੀ ਤਿਆਰ ਕੀ ਜਾਏ ਲੋਕਪਾਲ ਬਿੱਲ ਵੀ ਬਣਾਇਆ ਥਾ ਲੋਕਪਾਲ ਬਿੱਲ ਵੀ ਵਿੱਚ ਹੀ ਰਹਿ ਗਿਆ ਲੋਕਪਾਲ ਵੀ ਕੋਈ ਇਫੈਕਟਿਵਨੈਸ ਨਾ ਕਰ ਪਾਇਆ ਆਜ ਸਮੇਂ ਹੈ ਆਜ ਦੇਸ਼ ਇਹ ਮੰਗ ਕਰ ਰਿਹਾ ਹੈ ਕਿ ਕੋਈ ਨਾ ਕੋਈ ਇਫੈਕਟਿਵ ਮੈਕੇਨਿਜ਼ਮ ਦੇਸ਼ ਮੇ ਕਰਪਸ਼ਨ ਕਰਨੇ ਕੇ ਲੀਏ ਬਣਾਇਆ ਜਾਏ ਇਹ ਅਮੈਂਡਮੈਂਟ ਆਈ ਹੈ ਠੀਕ ਹੈ ਮਗਰ ਉਹ ਅਮੈਂਡਮੈਂਟ ਕਿਉਂਕਿ ਇੱਕ ਮਿੰਟ ਸੁਣ ਜਾ ਚੁੱਪ ਕਰੀ ਦਾ ਚੁੱਪ ਕਰਿਆ ਕਰ ਤੂੰ ਐਸੇ ਬੈਠ ਬੱਚਾ ਇਹ ਹਮਨੇ ਚੇਅਰਮੈਨ ਸਾਹਿਬ ਇਸ ਕੋ ਨਾ ਟਪੂਸੀਆਂ ਮਾਰਨੇ ਕੀ ਆਦਤ ਹੈ ਔਰ ਕੋਈ ਨਹੀਂ ਕਿ ਇਹ ਹੈਬਿਚੁਅਲ ਹੈ ਮੈਂ ਕਹਿਣਾ ਚਾਹਤਾ ਹੂੰ ਚੇਅਰਮੈਨ ਸਾਹਿਬ ਹਮਨੇ ਬਾਦਲ ਸਰਕਾਰ ਕੇ ਸਮੇਂ ਰਾਈਟ ਟੂ ਸਰਵਿਸ ਐਕਟ ਹਮ ਲੈ ਕੇ ਆਏ ਥੇ ਚੇਅਰਮੈਨ ਸਾਹਿਬ ਇਹ ਸੁਣਨੇ ਵਾਲੀ ਬਾਤ ਹੈ ਰਾਈਟ ਟੂ ਸਰਵਿਸ ਐਕਟ ਲੈ ਕੇ ਆਏ ਥੇ ਹਮਨੇ ਦਫਤਰੋਂ ਮੇਂ ਲਟਕਾ ਕੇ ਲਗਾ ਦਿਆ ਥਾ ਕਿ ਇਹ ਸਰਵਿਸ ਕੇ ਲੀਏ ਅਗਰ ਇੱਕ ਹਫਤੇ ਮੇਂ ਕਾਮ ਨਹੀਂ ਕਰੇਗਾ ਜਵਾਬ ਨਹੀਂ ਦੇਗਾ ਅਫਸਰ ਤੋ ਉਸਕੋ ਇਤਨਾ ਜੁਰਮਾਨਾ ਹੋਗਾ ਇਤਨੀ ਸਜ਼ਾ ਹੋਗੀ ਔਰ ਐਸੇ ਬਿਊਰੋਕ੍ਰੇਟਿਕ ਸੈਟਅਪ ਜੋ ਮਸ਼ੀਨਰੀ ਜੋ ਹੈ ਵੋ ਕਾਮ ਕਰਨੇ ਲਗੀ ਥੀ ਅਗਰ ਹਮ ਇਸ ਤਰ੍ਹਾਂ ਕੀ ਕੋਈ ਜਵਾਬਦੇਹੀ ਬਣਾਏਂਗੇ ਔਰ ਦੂਸਰਾ ਜਿਨ ਲੋਕੋ ਨੇ ਪਿਛਲੇ ਬਰਸੋਂ ਮੇਂ ਜੋ ਪੈਸਾ ਆਪਣੇ ਸੋਰਸਿਸ ਸੇ ਜ਼ਿਆਦਾ ਕਮਾਇਆ ਹੈ ਅਗਰ ਇਮਾਨਦਾਰੀ ਸੇ ਉਸਕੀ ਜੋ ਇਨਵੈਸਟੀਗੇਸ਼ਨ ਹੋ ਔਰ ਦੂਸਰਾ ਸਭ ਸੇ ਜ਼ਰੂਰੀ ਬਾਤ ਮੈਂ ਸਮਝਦਾ ਹੂੰ ਕਿ ਇਲੈਕਸ਼ਨ ਪ੍ਰੋਸੈਸ ਮੇਂ ਚੋਣ ਸੁਧਾਰੋਂ ਮੇਂ ਕੁਛ ਨਾ ਕੁਛ ਚੋਣ ਪ੍ਰਕਿਰਿਆ ਮੇਂ ਕੋਈ ਐਸੇ ਸੁਧਾਰ ਕਰਨੇ ਹੋਣਗੇ ਨਹੀਂ ਤੋ ਇਹ ਜ਼ਰੂਰੀ ਹੈ ਕਿ ਅਗਰ ਰਿਸ਼ਵਤ ਦੇਣੀ ਬੰਦ ਹੋ ਜਾਏ ਤੋ ਰਿਸ਼ਵਤ ਲੈਣੇ ਕੇ ਲੀਏ ਬੰਦ ਹੋ ਜਾਏਗੀ ਔਰ ਇਸਕੇ ਲੀਏ ਹਮ ਸਭ ਸੇ ਆਜ ਕੇ ਦਿਨ ਜੋ ਕਾਮ ਹੈ ਇਲੈਕਸ਼ਨ ਪ੍ਰੋਸੈਸ ਮੇਂ ਜੋ ਕਰਪਸ਼ਨ ਆ ਗਈ ਔਰ ਵੋਟਰ ਕੇ ਲੀਏ ਸ਼ਰਾਬ ਪੈਸਾ ਜੋ ਚੱਲ ਰਿਹਾ ਹੈ ਕੌਣ ਨਹੀਂ ਜਾਣਤਾ ਔਰ ਸਭ ਸੇ ਬੜੀ ਬਾਤ ਹੈ ਜੋ ਹਮੇ ਝੂਠ ਬੁਲਾਇਆ ਜਾਤਾ ਹੈ ਏਕ ਵੀ ਇਤਨਾ ਪੈਸਾ ਖਰਚ ਹੁਆ ਮੇਰਾ ਖਿਆਲ ਹੈ ਜਿਤਨਾ ਪੈਸਾ ਖਰਚ ਹਮਾਰੇ ਸੇ ਲਿਖਾਇਆ ਜਾਤਾ ਹੈ ਕੋਈ ਹੋਏਗਾ ਜੇ ਉਸਸੇ ਜ਼ਿਆਦਾ ਨਾ ਖਰਚ ਕਰਤਾ ਹੋਗਾ ਜਬ ਆਧਾਰ ਹੀ ਝੂਠ ਹੋਗਾ ਤੋ ਫਿਰ ਉਸਮੇ ਇਲਾਜ ਕੈਸੇ ਹੋਗਾ ਸੋ ਆਜ ਮੈਂ ਆਪਣੀ ਸਰਕਾਰ ਕੋ ਇਸ ਬਾਤ ਕੀ ਵਧਾਈ ਦੇਤਾ ਹੂੰ ਕਿ ਉਹਨੇ ਇਸ ਪਾਸੇ ਤੁਰਨੇ ਕੀ ਇੱਛਾ ਜਤਾਈ ਹੈ ਇਹ ਅਮੈਂਡਮੈਂਟ ਕਰਪਸ਼ਨ ਅਮੈਂਡਮੈਂਟ ਬਿੱਲ ਲੈ ਕਰ ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ ਇੱਕ ਘੰਟੇ ਦੇ ਵਿੱਚ ਹੱਲ ਵਸ਼ੀਕਰਨ ਮਾਹਿਰ ਪਤੀ ਪਤਨੀ ਦੇ ਵਿੱਚ ਅਣਬਣ ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ ਵਿਆਹ ਦੇ ਵਿੱਚ ਦੇਰੀ ਪਿਆਰ ਵਿਆਹ ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ ਤੁਰੰਤ ਮਿਲੋ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ ਹਰ ਸਮੱਸਿਆ ਦਾ ਹੱਲ 101% ਗਰੰਟੀ ਦੇ ਨਾਲ ਕਰਾਂਗੇ ਕਾਲੇ ਇਲਮ ਦਾ ਸਮਾਧਾਨ ਗਰੰਟੀ ਦੇ ਨਾਲ ਕਰਾਓ
ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ। ਸੰਪਰਕ ਕਰੋ 97817 71820।